ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ ਜੀ ਸਾਰਿਆਂ ਨੂੰ। ਕਿੱਦਾਂ ਹੋ ਸਾਰੇ? ਰਵੀ ਕਹਿ ਰਿਹਾ ਮਸਤ ਹਾਂ। ਰਵੀ ਕੁਝ ਜ਼ਿਆਦਾ ਹੀ ਮਸਤ ਲੱਗਦਾ ਹੈ ਨਾ। ਚਲੋ ਵਧੀਆ ਗੱਲ ਹੈ, ਲੋਕਡਾਊਨ ਦਾ ਸਮਾਂ ਹੈਗਾ, ਮਸਤ ਹੋਣੇ ਚਾਹੀਦੇ ਹੋ। ਚਲੋ ਇੱਕ ਗੱਲ ਹੋਰ ਦੱਸੋ, ਤੁਹਾਡੇ ਸਾਰਿਆਂ ਕੋਲ ਦਿਲ ਹੈਗਾ? ਬਿਨਾਂ ਕਿਸੇ ਟੁੱਟ ਭੱਜ ਤੋਂ ਪ੍ਰੋਪਰ ਦਿਲ ਹੈਗਾ ਸਾਰਿਆਂ ਕੋਲ? ਅੱਛਾ, ਸੰਦੀਪ ਕਹਿ ਰਿਹਾ ਟੁੱਟ ਗਿਆ। ਨਹੀਂ ਯਾਰ ਸੰਦੀਪ, ਐਦਾਂ ਨਹੀਂ ਬੋਲਣਾ, ਸ਼ੁਭ ਸ਼ੁਭ ਬੋਲੋ। ਸਾਰਿਆਂ ਕੋਲ ਪ੍ਰੋਪਰ ਦਿਲ ਹੋਣਾ ਚਾਹੀਦਾ ਬਿਨਾਂ ਕਿਸੇ ਟੁੱਟ ਭੱਜ ਤੋਂ। ਉਮੀਦ ਕਰਦਾ ਐਦਾਂ ਹੀ ਹੋਏਗਾ। ਪਰ ਇੱਕ ਗੱਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਤੁਹਾਡੇ 'ਚੋਂ ਕਿਹੜਾ ਕਿਹੜਾ ਆਪਦੇ ਦਿਲ ਬਾਰੇ ਜਾਣਦਾ ਗਾ ਔਰ ਕਿਹੜਾ ਕਿਹੜਾ ਨਹੀਂ ਜਾਣਦਾ। ਠੀਕ ਹੈ, ਜਿਹੜਾ ਜਾਣਦਾ ਉਹ ਉਹਨੇ ਵੀ ਕਮੈਂਟ ਕਰਨਾ ਔਰ ਜਿਹੜਾ ਨਹੀਂ ਜਾਣਦਾ ਉਹਨੇ ਵੀ ਕਮੈਂਟ ਕਰਨਾ। ਸੋ ਅੱਜ ਆਪਾਂ ਤੁਹਾਡੀ ਜਾਣ ਪਹਿਚਾਣ ਕਰਵਾਵਾਂਗੇ। ਠੀਕ ਹੈ, ਦਿਲ ਨਾਲ, ਤੁਹਾਡੇ ਦਿਲ ਨਾਲ, ਮੱਛੀ ਦੇ ਦਿਲ ਨਾਲ, ਡੱਡੂ ਦੇ ਦਿਲ ਨਾਲ, ਭਾਵ ਕਿ ਆਪਣੇ ਜੋ ਸੱਪ ਹੋ ਗਏ, ਛਿਪਕਲੀਆਂ ਹੋ ਗਈਆਂ, ਇਹਨਾਂ ਦੇ ਸਭ ਨਾਲ। ਠੀਕ ਹੈ, ਜੋ ਕਿ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਵੀ ਜਾਂਦਾ ਗਾ। ਸੋ ਅੱਜ ਮੈਂ ਤੁਹਾਡੇ ਲਈ ਬਾਇਓਲੋਜੀ ਦਾ ਇੱਕ ਛੋਟਾ ਜਿਹਾ ਟੋਪਿਕ, ਸਰਕੂਲੇਟਰੀ ਸਿਸਟਮ ਲੈ ਕੇ ਆਇਆ ਗਾ। ਸੋ ਇਸ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਮੇਲ ਔਰ ਫੀਮੇਲ, ਇਹਨਾਂ ਦੇ ਵਿੱਚ ਜੋ ਦਿਲ ਹੁੰਦਾ ਗਾ, ਉਸਦੇ ਵਿੱਚੋਂ ਕਿਸਦਾ ਵੇਟ ਜ਼ਿਆਦਾ ਹੁੰਦਾ ਗਾ। ਮੇਲ ਦਾ ਦਿਲ, ਮੇਲ ਦੇ ਦਿਲ ਦਾ ਵੇਟ ਜ਼ਿਆਦਾ ਹੁੰਦਾ ਜਾਂ ਫੀਮੇਲ ਦੇ ਦਾ? ਠੀਕ ਹੈ, ਸੋ ਉਸੇ ਤਰ੍ਹਾਂ ਹੀ ਆਪਾਂ ਗੱਲ ਕਰਾਂਗੇ ਮਨੁੱਖੀ ਦਿਲ ਬਾਰੇ ਔਰ ਫਿਰ ਆਪਾਂ ਅੱਗੇ ਦੇਖਾਂਗੇ ਕਿ ਜੋ ਮੱਛੀਆਂ ਹੁੰਦੀਆਂ ਨੇਗੀਆਂ, ਆਪਾਂ ਉਹਨਾਂ ਦੇ ਦਿਲ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ ਔਰ ਅੱਗੇ ਆਪਣੇ ਕੋਲ ਜੋ ਸੱਪ ਆ ਜਾਂਦੇ ਨੇ, ਡੱਡੂ ਆ ਜਾਂਦੇ ਨੇ, ਕਾਕਰੋਚ ਆ ਜਾਂਦੇ ਨੇ, ਠੀਕ ਹੈ, ਇਹਨਾਂ ਦੇ ਦਿਲ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਗਾ ਔਰ ਜੋ ਕਿ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਗਾ। ਸੋ ਆਓ ਜੀ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ, ਸਰਕੂਲੇਟਰੀ ਸਿਸਟਮ ਨੂੰ ਦੇਖਦੇ ਹਾਂ ਕਿ ਅਸਲ 'ਚ ਇਹ ਚੀਜ਼ ਹੈ ਕੀ ਹੈ ਔਰ ਇਹ ਕਿੰਨੀ ਕਿਸਮ ਦਾ ਹੈਗਾ ਗਾ। ਇਹ ਦੋ ਟਾਈਪ ਦਾ ਹੁੰਦਾ ਜੀ ਸਰਕੂਲੇਟਰੀ ਸਿਸਟਮ, ਇਹਨੂੰ ਅਸੀਂ ਦੋ ਮੁੱਖ ਭਾਗਾਂ ਦੇ ਵਿੱਚ ਵੰਡਦੇ ਹਾਂਗੇ। ਉਹ ਦੋ ਮੁੱਖ ਭਾਗ ਕਿਹੜੇ ਕਿਹੜੇ ਨੇ? ਹਾਰਟ ਔਰ ਸੈਕਿੰਡ ਆਪਣੇ ਕੋਲ ਆ ਜਾਂਦੇ ਆ ਬਲੱਡ ਵੈਸਲਸ, ਯਾਨੀ ਕਿ ਖੂਨ ਵਹਿਣੀਆਂ ਪੰਜਾਬੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ। ਸੋ ਹਾਰਟ ਨੂੰ ਤੁਸੀਂ ਸਾਰੇ ਜਾਣਦੇ ਹੋ ਨਾ, ਆਪਾਂ ਗੱਲ ਕਰ ਰਹੇ ਹਾਂ ਦਿਲ ਦੀ। ਸੋ ਇਹ ਦੋ ਟਾਈਪ ਦੇ ਵਿੱਚ ਆਪਣਾ ਜੋ ਸਰਕੂਲੇਟਰੀ ਸਿਸਟਮ ਹੈ ਉਹ ਵੰਡਿਆ ਜਾਂਦਾ ਗਾ। ਸੋ ਅੱਜ ਆਪਾਂ ਜੋ ਗੱਲ ਕਰਨੀ ਹੈ ਉਹ ਕਰਨੀ ਹੈ ਹਾਰਟ ਬਾਰੇ। ਸੋ ਅੱਜ ਆਪਾਂ ਜਾਣਾਂਗੇ ਹਾਰਟ ਬਾਰੇ ਔਰ ਫਿਰ ਆਪਣੀ ਜੋ ਅਗਲੀ ਕਲਾਸ ਹੋਗੀ ਉਹਦੇ ਵਿੱਚ ਆਪਾਂ ਬਲੱਡ ਵੈਸਲਸ ਨੂੰ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਨੁੱਖੀ ਦਿਲ ਬਾਰੇ ਕਿ ਜੋ ਮਨੁੱਖੀ ਦਿਲ ਹੈਗਾ, ਠੀਕ ਹੈ, ਉਹ ਕਿਸ ਤਰ੍ਹਾਂ ਦਾ ਗਾ, ਕਿਸ ਤਰ੍ਹਾਂ ਦੀ ਉਸਦੀ ਸੇਪ ਆ, ਠੀਕ ਹੈ, ਐਵਰੇਜ ਵੇਟ ਉਸਦਾ ਕਿੰਨਾ ਹੁੰਦਾ ਗਾ ਔਰ ਕਿੰਨੇ ਉਹ ਖਾਨਿਆਂ ਦੇ ਵਿੱਚ ਵੰਡਿਆ ਜਾਂਦਾ ਗਾ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਨੁੱਖੀ ਦਿਲ ਬਾਰੇ। ਇਹ ਹੈ ਜੀ ਮਨੁੱਖੀ ਹਾਰਟ, ਠੀਕ ਹੈ। ਮੇਰੀ ਡਰਾਇੰਗ ਇੰਨੀ ਵਧੀਆ ਨਹੀਂ ਹੈ ਪਰ ਮੈਂ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਸੋ ਇਹ ਹੈ ਮਨੁੱਖੀ ਹਾਰਟ। ਮਨੁੱਖੀ ਹਾਰਟ ਨੂੰ ਆਪਾਂ ਮੁੱਖ ਤੌਰ 'ਤੇ ਚਾਰ ਹਿੱਸਿਆਂ ਦੇ ਵਿੱਚ ਵੰਡਦੇ ਹਾਂਗੇ। ਸੋ ਇਹ ਨੇ ਮਨੁੱਖੀ ਹਾਰਟ ਦੇ ਚਾਰ ਹਿੱਸੇ, ਠੀਕ ਹੈ। ਸੋ ਇਸਦੇ ਵਿੱਚ ਆਪਾਂ ਦੇਖਦੇ ਹਾਂ ਇਹਨਾਂ, ਇਹ ਆਪਣੇ ਕੋਲ ਚਾਰ ਹਿੱਸੇ ਨੇ। ਸੋ ਇਹਨਾਂ ਚਾਰ ਹਿੱਸਿਆਂ ਨੂੰ ਕਿਹਾ ਕੀ ਜਾਂਦਾ ਗਾ, ਆਖਿਆ ਕੀ ਜਾਂਦਾ ਗਾ, ਪੇਪਰ ਦੇ ਵਿੱਚ ਜੋ ਲੈਂਗੁਏਜ ਆਪਾਂ ਨੂੰ ਆਊਗੀ ਉਹ ਅਸਲ 'ਚ ਹੈ ਕੀ ਹੈ? ਇੱਥੇ ਤਾਂ ਆਪਾਂ ਇਹਨੂੰ ਚਾਰ ਪਾਰਟ ਦੇ ਵਿੱਚ ਡਿਵਾਈਡ ਕਰ ਲਿਆ, ਪਰ ਜੇਕਰ ਆਪਾਂ ਇਹ ਪਾਰਟ ਨੇ ਜੋ ਇਹਨਾਂ ਨੂੰ ਪਾਰਟਾਂ ਨੂੰ ਬੋਲਿਆ ਕੀ ਜਾਂਦਾ ਗਾ, ਆਖਿਆ ਕੀ ਜਾਂਦਾ ਗਾ, ਇਹਨਾਂ ਨੂੰ ਆਖਿਆ ਜਾਂਦਾ ਜੀ ਚੈਂਬਰ। ਇਹ ਗੱਲ ਯਾਦ ਰੱਖਣੀ ਹੈ, ਹਰੇਕ ਹਿੱਸੇ ਨੂੰ ਕੀ ਬੋਲਿਆ ਜਾਂਦਾ ਗਾ, ਚੈਂਬਰ ਬੋਲਿਆ ਜਾਂਦਾ ਗਾ। ਹੁਣ ਇਹ ਆਪਣਾ ਜੋ ਇਹ ਵਾਲਾ ਚੈਂਬਰ ਹੈ ਇਹਨੂੰ ਕੀ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਜੀ ਔਰੀਕਲ। ਸੋ ਜੋ ਇਹ ਵਾਲਾ ਚੈਂਬਰ ਹੈਗਾ, ਠੀਕ ਹੈ, ਇਹਨੂੰ ਵੀ ਕੀ ਬੋਲਿਆ ਜਾਂਦਾ ਗਾ, ਔਰੀਕਲ। ਹੁਣ ਤੁਸੀਂ ਕਹੋਗੇ ਕਿ ਇਹ ਵਾਲਾ ਵੀ ਔਰੀਕਲ ਹੈ ਔਰ ਇਹ ਵਾਲਾ ਵੀ ਔਰੀਕਲ ਹੈ, ਸੋ ਡਿਫਰੈਂਸ ਕੀ ਹੋਇਆ? ਆਪਾਂ ਮਨੁੱਖੀ ਹਿੱਸਿਆਂ, ਮਨੁੱਖੀ ਦਿਲ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ, ਆਪਾਂ ਇਹਨਾਂ ਦੋਨਾਂ ਨੂੰ ਅਲੱਗ ਕੀਤਾ,
ठीक है, इनू भी नाम ओरिकल का देता, इनू भी ओरिकल का देता, फिर आप वंडन की लोड़ सी, आप सारे ही ओरिकल कह देंगे है ना। पर ऐदा नहीं है, ये कुछ डिफरेंस हैगा गा, वह डिफरेंस की हैगा वो समझने की कोशिश करो। मैं थोड़े सामने इस तरह खड़ा गा, सो मेरा लैफ्ट ए है और जो राइट है मेरा ए है, ठीक है। सो इस तरह ही बिल्कुल थोड़े सामने की है अपनी हार्ट मनुखी दिल की इमेज हैगी। हुण मनुखी दिल की इमेज है जो उसका लैफ्ट केड़ा गा ए वाला, ए वाली साइड, और जो राइट है वो ए वाली साइड है। सो उस तरह ही आपां जो ए ओरिकल अपने कोले इनू आपां नाम देवांगे लैफ्ट ओरिकल का, और जो इधरला पासा अपने कोले इनू की नाम देवांगे आपां राइट ओरिकल का। सो उपरला हिस्सा अपना बिल्कुल कवर हो चुका है जिन्हों आप लैफ्ट ओरिकल और राइट ओरिकल का नाम दिता गा, ठीक है। सो उस तरह ही आपने को हैगा दो हिस्से कवर हो गए, और जो निचले दो हिस्से ने इन्हों की आख्या जाता गा, इन्हों आख्या जाता गा, इनू आख्या जाता वेंट्रिकल। सो उस तरह इनू भी की बोलिया जाता गा वेंट्रिकल। हाँ जी, हुण तुसी दसो भी ए वेंट्रिकल और ए वेंट्रिकल दे विच फर्क की हैगा। ये फर्क बिल्कुल उस तरह का जिस तरह मैं तुहानू उपर दस्या सीगा है ना, राइट ओरिकल और लैफ्ट ओरिकल का। जो इधरला वेंट्रिकल वाला इहनू की बोलिया जाता गा लैफ्ट वेंट्रिकल, और जो ए वाला गा इहनू की आख्या जाता गा, इहनू आख्या जाता गा राइट वेंट्रिकल। हाँ जी, हुण ये अपना हो गया मनुखी दिल। हुण तुहाडे तों मैं एक सिंपल जिहा क्वेश्चन पुछदा गा कि जो मनुखी दिल है उहनू किन्ने चैंबर्स दे विच वंडिया जांदा गा, जो मनुखी दिल है उहनू किन्ने चैंबर्स दे विच वंडिया जांदा गा तुहाडे कोलों, तुसीं इसदा आंसर कमेंट बॉक्स दे विच देणा गा। सो जो मनुखी दिल हैगा उहनू आपां चार चैंबर्स दे विच वंड देवांगे। ये अपना की हैगा लैफ्ट ओरिकल, राइट ओरिकल, राइट वेंट्रीकल और लैफ्ट वेंट्रीकल। हाँ जी, हुण तुसी तुहानूं मैं एक एग्जाम्पल देना गा कि अपने घर दे विच है ना की हुंदे ने गे, एक कमरा तो नहीं हुंदा, एक तो ज़्यादा कमरे हुंदे ने गे, हरेक कमरे दे विच जाण लई आपां नूं किस चीज़ की लोड़ पैंदी हैगी, आपां एक कमरे तो दूजे कमरे च जाण लई किस चीज़ की वरतों करदे हां, आपां वरतों करदे हां जी दरवाजे की। जो जे जेकर असी एक कमरे चो दूजे कमरे च जाना गा तो ओबियस है सानू जो डोर है वो की करना पेगा, ओपन करना पेगा, और फिर ही असी ठीक है अगले कमरे दे विच जा सकते हैं। सो बिल्कुल उस तरह ही अपना जो ठीक है मनुखी दिल हैगा उहदे भी की ने, यह एक कमरे समझ लो, आह एक कमरा है, आह भी कमरा है, आह भी कमरा है, आह भी कमरा है, भाव के इहदे विच चार कमरे ने गे। सो जे ये चार कमरे ने गे ता एक तो दूजे तक जाने लई की होना चाहिंदा गा, दरवाजा होना चाहिंदा गा, ठीक है। सो जे दरवाजा होना चाहिंदा गा ता बिल्कुल होएगा भी ओबियस है। सो इत्थे एक दरवाजा गा जी जिहदे विच किने तीन होल ने, इह ने तीन होल, ठीक है। सो इन्हां नूं की बोलिया जांदा गा, इस दरवाजे का नाम की हैगा जिहदे विच तीन होल ने, इहनूं आख्या जांदा जी ट्राई कस्पिड वॉल्व। नाम याद रखियो ट्राई कस्पिड। ट्राई क्यों बोलिया, क्योंकि इस दे विच की ने तीन शेक ने गे, ठीक है। सो इसे तरह इन्हों की बोलिया जाता गा ट्राई कस्पिड वॉल्व। सो बिल्कुल उस तरह इतने भी की है दो शेक पाए जाते हैं, इतने भी एक दरवाजा पाया जाता गा। सो जिस तरह आपां इन्हू नाम दिता ट्राई कस्पिड का कि यह भी ट्राई कस्पिड है, सोचो माड़ा जा इनू की नाम देवे, आप इनू नाम देवे जी आप बाई कस्पिड का। यह की अपने को बाई कस्पिड वॉल्व, यह है ट्राई कस्पिड क्योंकि इस तीन शेक ने, इस ए दो ने, इनू नाम दिता आप बाई कस्पिड का। हाँ जी, हुण मनुखी दिल का जो काम हुंदा गा वह की हुंदा गा, ब्लड हुंदा जो अपना उसनू की करना पंप करना, और जो अपनी बॉडी है उसदे ठीक है सारे हिस्सों तक खून पहुँचाना कहदा काम हुंदा गा, अपने हार्ट का काम हुंदा गा। हुण जे हार्ट का काम ब्लड नू पंप करना हुंदा गा तो ओबियस है इस दे विच ब्लड आएगा भी।
सो ब्लड इस दे विच आएगा कि चैंबर के अपना चार चैंबरस ठीक है ये डिस्कस किए ने लैफ्ट ओरिकल राइट वेंट्रीकल और लैफ्ट वेंट्रीकल। हुण जो ब्लड है जी वह सब तो पहला जो मनुखी दिल है वह आता गा मनुखी दिल के राइट ओरिकल इतने की अपना ब्लड आता गा ठीक है। सो इतने ये ब्लड किमें आया ये मैं थोड़ा अगे ब्लड सर्कुलेशन जो अपना टॉपिक है वह पढ़ा आप सो उद मैं थोड़ा दसागा कि जो खून हैगा वह राइट ओरिकल ही क्यों आता गा वो लैफ्ट दे विच क्यों नहीं आता राइट वेंट्रीकल क्यों नहीं आता और लैफ्ट वेंट्रीकल क्यों नहीं आता इसे दे विच ही क्यों आता गा। सो मैं थोड़ा अगे दसागा सो फिलहाल ही तुसीं इन्ना समझना कि जो अपना मनुखी दिल है उस दे विच खून कित्थे आता सब तो पहला राइट ओरिकल। हुण जदों राइट ओरिकल दे विच ब्लड आया तो ओबवियस है ब्लड की है एक चैंबर तो दूजे चैंबर दे विच शिफ्ट होएगा और जो यदि शिफ्ट होने की डायरेक्शन हैगी वह की होंगी हैगी हमेशा ही यदि डायरेक्शन है जी वह होंगी है अपवर्ड तो डाउनवर्ड भाव के उपर तो खून हमेशा नीचे वाल ही आएगा ठीक है। इस तरह नहीं हैगा कि जो खून हैगा वह नीचे तो उपर वल वग जाए। हुण जेकर आपां सिंपल क्वेश्चन तुहानूं पुछ लिया जाए कि अपना जो हार्ट है उस दे विच जो ब्लड की डायरेक्शन है वह किस तरह होंदी हैगी डाउनवर्ड तो अपवर्ड होंदी है अपवर्ड तो डाउनवर्ड होंदी है सो वह तुसीं दस दोगे क्यों इस दे विच की होंदी हैगी अपवर्ड तो हमेशा डाउनवर्ड की है खून जांदा गा ठीक है। सो यह खून जांदा किहदे जरिए है इन्हां वॉल्व के जरिए मैं थोड़ा जिहड़े वाल्व दसे सी ट्राइकस्पिड वॉल्व दसिया सीगा इस दे जरिए जो खून है अपना वह कित्थे आ जांदा गा राइट वेंट्रीकल दे विच। सो उस तरह ही बिल्कुल आपां ठीक है इस दे विच भी अपने कोल लैफ्ट ओरिकल दे विच भी जो खून की डायरेक्शन हैगी ठीक है ब्लड की डायरेक्शन है वह की होएगी अपवर्ड तो डाउनवर्ड। सो हुण जेकर तुहानूं पुछा जाए कि साडा जो मनुखी दिल हैगा है ना मनुखी दिल दे विच किन्ने वॉल्व पाए जाते हैं तुसीं आखोगे दो पाए जाते हैं ट्राइकस्पिड वॉल्व और बाइकस्पिड वॉल्व पर जी नहीं ये दो वॉल्व नहीं है अपने को वॉल्व होर भी ने सो वह वॉल्व पाए कितने जाते हैं गे। सो जो अगला वॉल्व है वह पाया जाता जी अपने को राइट वेंट्रीकल दे विच की अपने को अद्धा चंद कह लो ठीक है इहदा नाम की देवे आप वॉल्व नूं आप नाम की देवे सैमी लूनार वॉल्व इहदा नाम हैगा ठीक है अद्धा चंद ठीक है। सो हुण की बा अपने जो मनुखी दिल हैगा उस दे विच सिर्फ तीन ही अपने कोल पाए जाते हैं गे वॉल्व पाए जाते हैं एक होर बचदा गा वह कित्थे पाया जाता गा वह पाया जाता जी अपने को लैफ्ट वेंट्रीकल दे विच। सो ये वॉल्व है इनू नाम क्या दिता जाता है इनू नाम दिता जाता है ऑर्टिक इनू आख्या जाता ऑर्टिक वॉल्व यानी कि जो अपनी महाधमनी होंगी है ना वो यह वॉल्व हैगा गा उसका यह की है रस्ता हैगा गा। सो हुण जेकर तुहानूं पेपर दे विच सिंपल जिहा क्वेश्चन पूछ लिया जाए कि जो मनुखी दिल हैगा उस दे विच किन्ने प्रकार के वॉल्व पाए जाते हैं गे मनुखी दिल हैगा उस दे विच की है चार प्रकार के वॉल्व पाए जाते हैं गे। सो वह चार प्रकार किहड़े ने गे ट्राइकस्पिड वॉल्व बाइकस्पिड वॉल्व सैमी लूनार और ऑर्टिक। सो ये चार प्रकार के वॉल्व ने और चार ही चैंबर ने जो मनुखी दिल दे विच पाए जाते हैं गे। सो यह गल सी अपनी ठीक है मनुखी दिल बारे हुण तुसीं एक गल दसो कि जिहड़े जिहड़े अपना ठीक है मनुखी दिल बारे जाणदे ने गे कि जो मनुखी दिल हैगा मनुखी दिल उसका एवरेज वेट किन्ना हुंदा गा सिंपल जिहा क्वेश्चन है तुहाडे लई कि जो मनुखी दिल हैगा ठीक है उसका एवरेज वेट किन्ना हुंदा गा तुसीं एक बार इसका स्क्रीनशॉट लै लो फिर आपां अगे गल करदे आंगे ठीक है। पहलां इन्ना क उतार लो सो फिर अगे आप गल करांगे आपां मच्छियां दा ऑपरेशन भी करना है कि जो मच्छी का दिल हैगा उसके किन्ने चैंबर होंदे ने डड्डू दे दिल के किन्ने चैंबर होंदे ने गे आपां नूं पेपर दे विच की हुंदा ना पेपर दे विच आपां नूं कोई ना कोई एग्जाम्पल दे दिंदा एग्जामीनर एग्जाम्पल किवें
ਜਿਵੇਂ ਉਹਨੇ ਆਪਾਂ ਨੂੰ ਦਿੱਤਾ ਮੱਛੀ ਬਾਰੇ ਪੁੱਛ ਲਿਆ, ਮੱਛੀ ਦੀ ਐਗਜ਼ਾਮਪਲ ਦਿੱਤੀ, ਦੱਸੋ ਵੀ ਜੋ ਮੱਛੀ ਹੈਗੀ ਹੈ ਨਾ, ਇੱਕ ਤਾਂ ਆਮ ਮੱਛੀ ਹੈ ਠੀਕ ਹੈ, ਔਰ ਇੱਕ ਕੀ ਹੁੰਦੀ ਹੈਗੀ ਤੁਹਾਨੂੰ ਪਤਾ ਗਾ ਹੈ ਨਾ, ਬੇਲ ਹੁੰਦੀ ਹੈਗੀ, ਬੇਲ ਮੱਛੀ ਹੁੰਦੀ ਹੈਗੀ ਠੀਕ ਹੈ, ਉਸਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇਗੇ, ਜਾਂ ਆਮ ਮੱਛੀ ਹੈ ਉਸਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇਗੇ, ਇਹਨਾਂ ਦੇ ਵਿੱਚ ਫਰਕ ਹੁੰਦਾ ਗਾ। ਸੋ ਉਹ ਫਰਕ ਕੀ ਹੈਗਾ ਉਦੋਂ ਮੈਂ ਸਾਰਾ ਦੱਸੂੰਗਾ। ਸਭ ਤੋਂ ਪਹਿਲਾਂ ਆਪਾਂ ਮਨੁੱਖੀ ਦਿਲ ਦੀ ਗੱਲ ਕਰ ਰਹੇ ਸੀ, ਇਹਨੂੰ ਥੋੜ੍ਹਾ ਜਿਹਾ ਕਵਰ ਕਰ ਲਈਏ। ਮਨੁੱਖੀ ਦਿਲ ਨੂੰ ਕਵਰ ਕਰਨ ਤੋਂ ਬਾਅਦ ਫਿਰ ਆਪਾਂ ਅੱਗੇ ਠੀਕ ਹੈ ਜੋ ਵੱਖ ਵੱਖ ਜੀਵ ਨੇ ਉਹਨਾਂ ਦੇ ਦਿਲ ਦੀ ਗੱਲ ਕਰਾਂਗੇ। ਹਾਂਜੀ, ਜੋ ਮਨੁੱਖੀ ਦਿਲ ਹੈਗਾ ਉਸਦਾ ਐਵਰੇਜ ਵੇਟ ਕਿੰਨਾ ਹੁੰਦਾ ਗਾ? ਇਸਦਾ ਐਵਰੇਜ ਵੇਟ ਹੁੰਦਾ ਜੀ 300 ਗ੍ਰਾਮ। ਯਾਦ ਰੱਖਿਓ, ਡਾਇਰੈਕਟ ਕੁਸ਼ਚਨ ਪੁੱਛਿਆ ਜਾਂਦਾ ਗਾ ਕਿ ਮਨੁੱਖੀ ਦਿਲ ਦਾ ਐਵਰੇਜ ਵੇਟ ਕਿੰਨਾ ਹੁੰਦਾ ਗਾ। ਹਾਂਜੀ, ਹੁਣ ਇਹ ਕੀ ਹੈ ਐਵਰੇਜ ਵੇਟ? ਹੁਣ ਤੁਸੀਂ ਦੱਸੋ ਕਿ ਮੇਲ ਦੇ ਵਿੱਚ ਜੋ ਦਿਲ ਹੁੰਦਾ ਗਾ ਠੀਕ ਹੈ, ਫੀਮੇਲ ਦੇ ਵਿੱਚ ਜੋ ਦਿਲ ਹੁੰਦਾ ਗਾ, ਫੀਮੇਲ ਔਰ ਜੋ ਮੇਲ, ਇਹਨਾਂ ਦੇ ਵਿੱਚ ਜੋ ਦਿਲ ਹੁੰਦਾ ਗਾ ਉਸਦਾ ਐਵਰੇਜ ਉਸਦਾ ਵੇਟ ਕਿੰਨਾ ਹੁੰਦਾ ਗਾ, ਵੱਧ ਕਿਸ ਦਾ ਹੁੰਦਾ ਗਾ, ਫੀਮੇਲ ਦਾ ਹੁੰਦਾ ਜਾਂ ਮੇਲ ਦਾ ਹੁੰਦਾ? ਹਾਂਜੀ, ਜੋ ਫੀਮੇਲ ਹੈ ਉਸਦਾ ਜੋ ਦਿਲ ਹੈਗਾ ਉਸਦਾ ਐਵਰੇਜ ਵੇਟ ਹੁੰਦਾ ਗਾ 285 ਗ੍ਰਾਮ, ਔਰ ਜੋ ਮੇਲ ਹੈਗਾ ਇਸਦਾ ਕਿੰਨਾ ਹੁੰਦਾ ਗਾ? ਓਬੀਅਸ ਹੈ, ਮੇਲ ਦਾ ਜੋ ਦਿਲ ਹੈ ਉਸਦਾ ਐਵਰੇਜ ਵੇਟ ਕੀ ਹੋਊਗਾ, ਜ਼ਿਆਦਾ ਹੋਊਗਾ, ਕਿੰਨਾ ਹੋਊਗਾ? 345 ਗ੍ਰਾਮ। ਇਹ ਕੁਸ਼ਚਨ ਤੁਹਾਡੇ ਲਈ ਐਜ਼ ਏ ਨੌਲੇਜ ਹੈ ਠੀਕ ਹੈ, ਔਰ ਜੋ ਇਹ ਵਾਲਾ ਕੁਸ਼ਚਨ ਹੈਗਾ ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਗਾ, ਔਰ ਫੀਮੇਲ ਦੇ ਔਰ ਮੇਲ ਦੇ ਵਿੱਚ ਇਹ ਮੈਂ ਤੁਹਾਨੂੰ ਤਾਂ ਦੱਸਦਾ ਵੀ ਚਲੋ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈਗਾ। ਸੋ ਇਸੇ ਤਰ੍ਹਾਂ ਹੀ ਆਪਾਂ ਗੱਲ ਕਰਦੇ ਹਾਂ ਕਿ ਜੋ ਮਨੁੱਖੀ ਦਿਲ ਹੈ ਆਪਣਾ ਉਸਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈਗੀ, ਇਹ ਤਾਂ ਸਾਰੇ ਜਾਣਦੇ ਹੋਵੋਗੇ ਕਿ ਜੋ ਮਨੁੱਖੀ ਦਿਲ ਹੈ ਉਸਦੀ ਸ਼ੇਪ ਕਿਸ ਤਰ੍ਹਾਂ ਹੁੰਦੀ ਹੈਗੀ। ਜੋ ਮੈਂ ਸ਼ੇਪ ਬਣਾਈ ਸੀ ਉਹ ਤੁਹਾਨੂੰ ਸਮਝਾਉਣ ਦੇ ਲਈ ਸੀ, ਪਰ ਜੋ ਅਸਲ 'ਚ ਸ਼ੇਪ ਹੁੰਦੀ ਹੈਗੀ ਉਹ ਕੀ ਹੁੰਦੀ ਹੈਗੀ ਉਹ ਆਪਾਂ ਪੇਪਰ ਦੇ ਵਿੱਚ ਆਪਾਂ ਨੂੰ ਪੁੱਛੀ ਜਾਂਦੀ ਹੈਗੀ। ਦੱਸੋ ਜੀ ਕੀ ਹੁੰਦੀ ਆ ਉਹ ਸ਼ੇਪ? ਉਹ ਹੁੰਦੀ ਹੈ ਜੀ ਫਿਸਟ ਸ਼ੇਪ। ਫਿਸਟ ਸ਼ੇਪ ਦੇ ਕੀ ਹੈ ਆਕਾਰ ਦਾ ਹੁੰਦਾ ਗਾ ਆਪਣਾ ਦਿਲ, ਫਿਸਟ ਭਾਵ ਜੋ ਆਪਣੀ ਇੱਕ ਤਰ੍ਹਾਂ ਬੰਦ ਮੁੱਠੀ ਹੈ ਹਨਾ, ਇਸ ਟੈਪ ਦਾ ਠੀਕ ਹੈ ਆਪਣੇ ਜੋ ਮਨੁੱਖੀ ਦਿਲ ਹੈ ਉਸਦੀ ਸ਼ੇਪ ਹੁੰਦੀ ਹੈਗੀ। ਹਾਂਜੀ, ਹੁਣ ਐਵੇਂ ਦੱਸੋ ਕਿ ਜੋ ਮਨੁੱਖੀ ਦਿਲ ਹੈਗਾ ਠੀਕ ਹੈ ਉਸਦੀ ਜੋ ਲੋਕੇਸ਼ਨ ਹੈਗੀ ਉਹ ਕਿੱਥੇ ਹੁੰਦੀ ਹੈਗੀ, ਮਨੁੱਖ ਦੇ ਵਿੱਚ ਜੋ ਦਿਲ ਹੁੰਦਾ ਗਾ ਉਹ ਕਿੱਥੇ ਹੁੰਦਾ ਗਾ, ਐਗਜੈਕਟ ਕਿੱਥੇ ਹੁੰਦਾ ਗਾ ਦੱਸੋ। ਜੋ ਮਨੁੱਖੀ ਦਿਲ ਹੈਗਾ ਉਸਦੀ ਲੋਕੇਸ਼ਨ ਹੁੰਦੀ ਹੈ ਚੈਸਟ ਕੈਵਿਟੀ ਦੇ ਵਿੱਚ, ਪਰ ਇਸਦਾ ਮੈਕਸੀਮਮ ਝੁਕਾ ਕਿੱਧਰ ਹੁੰਦਾ ਗਾ ਠੀਕ ਹੈ, ਪਰ ਇਸਦਾ ਝੁਕਾ ਕਿੱਧਰ ਹੁੰਦਾ ਜ਼ਿਆਦਾ ਉਹ ਤੁਹਾਨੂੰ ਪਤਾ ਗਾ ਸਭ ਨੂੰ। ਆਪਾਂ ਕਿਹੜੇ ਪਾਸੇ ਕਹਿੰਦੇ ਹੁੰਦੇ ਹਾਂ ਦਿਲ, ਕਿਹੜੇ ਪਾਸੇ ਆਪਣੇ, ਸੱਜੇ ਪਾਸੇ ਕਹਿੰਦੇ ਹੁੰਦੇ ਹਾਂ ਕਿ ਖੱਬੇ ਪਾਸੇ ਕਹਿੰਦੇ ਹੁੰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਗਾ ਕਿੱਧਰ ਹੁੰਦਾ ਗਾ ਲੈਫਟ ਵੱਲ, ਕਿੰਨਾ ਹੁੰਦਾ ਗਾ 75% ਤੋਂ 80%। ਜੋ ਸਾਡਾ ਦਿਲ ਹੈਗਾ ਉਹ ਲੈਫਟ ਸਾਈਡ ਕੀ ਹੁੰਦਾ ਗਾ ਝੁਕਿਆ ਹੁੰਦਾ ਗਾ, ਇਹ ਗੱਲ ਵੀ ਯਾਦ ਰੱਖਣੀ ਹੈ। ਸੋ ਠੀਕ ਹੈ, ਇਸੇ ਤਰ੍ਹਾਂ ਹੀ ਜੋ ਮਨੁੱਖੀ ਹਾਰਟ ਹੈਗਾ ਉਸਦੀ ਸਟੱਡੀ ਨੂੰ ਕੀ ਆਖਿਆ ਜਾਂਦਾ ਗਾ? ਸੋ ਸਿੰਪਲ ਕੁਸ਼ਚਨ ਹੈਗਾ, ਇਹ ਤੁਸੀਂ ਪੜ੍ਹਿਆ ਜ਼ਰੂਰ ਹੋਣਾ ਕਿ ਜੋ ਮਨੁੱਖੀ ਦਿਲ ਹੈ ਉਸਦੀ ਜੋ ਠੀਕ ਹੈ ਸਟੱਡੀ ਹੈ ਉਹਨੂੰ ਕੀ ਆਖਿਆ ਜਾਂਦਾ ਗਾ, ਉਸਨੂੰ ਆਖਿਆ ਜਾਂਦਾ ਜੀ ਕਾਰਡੀਓਲੋਜੀ। ਯਾਦ ਰੱਖਿਓ, ਮਨੁੱਖੀ ਦਿਲ ਦੀ ਸਟੱਡੀ ਨੂੰ ਕੀ ਕਹਿੰਦੇ ਨੇ? ਕਾਰਡੀਓਲੋਜੀ। ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ, ਠੀਕ ਹੈ, ਵੱਖ ਵੱਖ ਤਰ੍ਹਾਂ ਦੇ ਜੀਵਾਂ ਦੇ ਵਿੱਚ ਜੋ ਦਿਲ ਹੁੰਦਾ ਗਾ ਉਸਦੇ ਕਿੰਨੇ ਹਿੱਸੇ ਹੁੰਦੇ ਨੇਗੇ, ਔਰ ਪੇਪਰ ਦੇ ਵਿੱਚ ਆਪਾਂ ਨੂੰ ਪੁੱਛੇ ਜਾਂਦੇ ਨੇਗੇ। ਸੋ ਫਿਲਹਾਲ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲਵੋ, ਫਿਰ ਆਪਾਂ ਅੱਗੇ ਚੱਲਦੇ ਹਾਂ।
ਇਹ ਸੀ ਜੀ ਆਪਣਾ ਮਨੁੱਖੀ ਦਿਲ ਦੀ ਗੱਲਬਾਤ। ਹੁਣ ਆਪਾਂ ਕਰਦੇ ਹਾਂ ਅੱਗੇ ਮੱਛੀਆਂ ਦਾ ਆਪਰੇਸ਼ਨ। ਮੱਛੀ ਕਿਹੜੇ ਕਿਹੜੇ ਨੇ ਖਾਧੀ ਹੈਗੀ? ਕਦੇ ਦਿਲ ਦੇਖਿਆ ਮੱਛੀ ਦਾ? ਹੈਗਾ ਕੋਈ ਆਪਰੇਸ਼ਨ ਮਾਸਟਰ? ਹਾਂਜੀ ਆਪਣਾ ਨੈਕਸਟ ਟੌਪਿਕ ਹੈ ਚੈਂਬਰਸ ਆਫ ਹਾਰਟ ਇਨ ਡਿਫਰੈਂਟ ਆਰਗਨਿਜ਼ਮ। ਇਹ ਆਪਣਾ ਨੈਕਸਟ ਟੌਪਿਕ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੱਛੀਆਂ ਦੀ। ਹਾਂਜੀ ਪਾਈਸਸ, ਠੀਕ ਹੈ, ਇਹ ਆਪਣੀ ਮੀਨ ਰਾਸ਼ੀ ਨਹੀਂ ਹੈਗੀ, ਮੀਨ ਰਾਸ਼ੀ ਨਾ ਸਮਝ ਜਿਓ, ਇਹ ਆਪਾਂ ਗੱਲ ਕਰ ਰਹੇ ਹਾਂ ਮੱਛੀਆਂ ਦੀ। ਸੋ ਜੋ ਮੱਛੀਆਂ ਹੁੰਦੀਆਂ ਨੇਗੀਆਂ, ਠੀਕ ਹੈ, ਉਹਨਾਂ ਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇ ਦੱਸੋ, ਜਿਹੜਾ ਜਿਹੜਾ ਜਾਣਦਾ ਗਾ। ਜੋ ਮੱਛੀਆਂ ਹੁੰਦੀਆਂ ਨੇ, ਮੱਛੀਆਂ ਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇ? ਜੋ ਮੱਛੀ ਦਾ ਦਿਲ ਹੈ ਉਸਦੇ ਕਿੰਨੇ ਚੈਂਬਰ ਹੁੰਦੇ ਨੇ? ਉਸਦੇ ਚੈਂਬਰ ਹੁੰਦੇ ਨੇ ਜੀ ਦੋ। ਹਾਂਜੀ ਹੁਣ ਦੋਨੇ ਇਹ ਔਰੀਕਲ ਨੇ ਜਾਂ ਦੋਨੇ ਵੈਂਟਰੀਕਲ ਨੇ, ਇਹ ਚੀਜ਼ ਤੁਸੀਂ ਦੱਸਣੀ ਹੈਗੀ। ਇਹ ਦੋ ਨੇ ਜੋ ਇਹ ਵੰਡੇ ਹੋਏ ਨੇਗੇ, ਇਹਨਾਂ ਦੇ ਵਿੱਚੋਂ ਇੱਕ ਕੀ ਹੈਗਾ ਔਰੀਕਲ ਹੈ ਔਰ ਇੱਕ ਕੀ ਹੈਗਾ ਵੈਂਟਰੀਕਲ ਹੈ, ਠੀਕ ਹੈ। ਸੋ ਉਸੇ ਤਰ੍ਹਾਂ ਹੀ ਆਪਾਂ ਅੱਗੇ ਗੱਲ ਕਰਦੇ ਹਾਂ ਐਮਫੀਵੀਅਨਸ ਦੀ। ਐਮਫੀਵੀਅਨਸ ਹਾਂਜੀ ਐਮਫੀਵੀਅਨਸ ਕੀ ਹੁੰਦੇ ਨੇਗੇ, ਕਿਹੜੇ ਜੀਵ ਹੁੰਦੇ ਨੇ ਐਮਫੀਵੀਅਨਸ ਦੱਸੋ, ਪੜ੍ਹਿਆ ਹੋਊਗਾ ਤੁਸੀਂ। ਐਮਫੀਵੀਅਨਸ ਉਹ ਹੁੰਦੇ ਨੇ ਜੋ ਕੀ ਹੈ ਪਾਣੀ 'ਚ ਵੀ ਰਹਿ ਸਕਣ, ਠੀਕ ਹੈ, ਔਰ ਪਲੱਸ ਸਥਲ 'ਤੇ ਵੀ ਉਹ ਰਹਿ ਸਕਣ, ਉਹਨਾਂ ਨੂੰ ਐਮਫੀਵੀਅਨਸ ਬੋਲਿਆ ਜਾਂਦਾ ਗਾ, ਠੀਕ ਹੈ। ਸੋ ਇਸੇ ਤਰ੍ਹਾਂ ਦਾ ਕਿਹੜਾ ਜੀਵ ਹੈਗਾ ਆਪਾਂ ਸਾਰਿਆਂ ਨੇ ਦੇਖਿਆ ਗਾ, ਇਸ ਤਰ੍ਹਾਂ ਦਾ ਕਿਹੜਾ ਜੀਵ ਹੈਗਾ ਪਾਣੀ ਦੇ ਵਿੱਚ? ਆਪਾਂ ਨੂੰ ਪਾਣੀ ਦਾ ਨਾਮ ਦੇਖ ਕੇ ਕੀ ਪਤਾ ਲੱਗਦਾ ਪਾਣੀ ਦੇ ਵਿੱਚ ਕਿਹੜਾ ਜੀਵ ਰਹਿੰਦਾ? ਜ਼ਿਆਦਾਤਰ ਡੱਡੂ, ਹੈ ਨਾ। ਸੋ ਕੀ ਹੈਗਾ ਫਰੋਗ, ਕੀ ਹੈ ਇਸਦੀ ਐਗਜ਼ਾਮਪਲ ਹੈ। ਹੁਣ ਜੋ ਐਮਫੀਵੀਅਨਸ ਹੁੰਦੇ ਨੇਗੇ, ਜੋ ਇਹਨਾਂ ਦਾ ਦਿਲ ਹੁੰਦਾ ਗਾ ਉਸਦੇ ਵਿੱਚ ਕਿੰਨੇ ਚੈਂਬਰ ਹੁੰਦੇ ਨੇ? ਇਹਨਾਂ ਦੇ ਦਿਲ ਵਿੱਚ ਕਿੰਨੇ ਚੈਂਬਰਸ ਹੁੰਦੇ ਨੇ? ਤਿੰਨ ਹੁੰਦੇ ਨੇ, ਯਾਦ ਰੱਖਿਓ। ਇਹਨਾਂ ਦੇ ਦਿਲ ਦੇ ਵਿੱਚ ਆਪਣੇ ਕੋਲ ਤਿੰਨ ਚੈਂਬਰਸ ਹੁੰਦੇ ਨੇ। ਹੁਣ ਤਿੰਨੇ ਕੀ ਨੇ, ਔਰੀਕਲ ਨੇ ਜਾਂ ਤਿੰਨੇ ਵੈਂਟਰੀਕਲ ਨੇ ਜਾਂ ਇੱਕ ਔਰੀਕਲ ਹੈ ਦੋ ਵੈਂਟਰੀਕਲ ਨੇ? ਦੱਸੋ ਇਹਨਾਂ ਦੇ ਵਿੱਚੋਂ ਦੋ ਔਰੀਕਲ ਔਰ ਇੱਕ ਵੈਂਟਰੀਕਲ ਹੁੰਦਾ ਗਾ। ਤੁਹਾਨੂੰ ਮੈਂ ਦੱਸਦਾਂਗਾ ਕਿ ਜੋ ਮੈਂ ਤੁਹਾਨੂੰ ਆਹ ਦੱਸ ਰਿਹਾ ਗਾ ਇਹ ਐਕਸਟਰਾ ਗਾ। ਫਿਲਹਾਲ ਆਪਾਂ ਨੂੰ ਸਿੰਪਲ ਕੁਐਸਚਨ ਪੁੱਛਿਆ ਜਾਊਗਾ ਕਿ ਜੋ ਮੱਛੀ ਹੈ ਉਸਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇ, ਔਰ ਜੋ ਆਪਣਾ ਐਮਫੀਵੀਅਨਸ ਆ ਜਾਂਦਾ ਗਾ ਉਸਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇ। ਇਹ ਐਜ਼ ਏ ਥੋੜ੍ਹਾ ਜਿਹਾ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸ ਰਿਹਾ ਗਾ, ਪਰ ਤੁਸੀਂ ਇੰਨਾ ਯਾਦ ਰੱਖ ਲਉਂਗੇ ਤਾਂ ਕਾਫੀ ਹੈ। ਪੇਪਰ ਦੇ ਵਿੱਚ ਇੰਨਾ ਹੀ ਪੁੱਛਿਆ ਜਾਂਦਾ, ਬਹੁਤਾ ਜ਼ਿਆਦਾ ਡੀਪ ਨਹੀਂ ਪੁੱਛਿਆ ਜਾਂਦਾ। ਸੋ ਇਹ ਹੋ ਗਿਆ ਐਮਫੀਵੀਅਨਸ। ਹੁਣ ਆਪਾਂ ਗੱਲ ਕਰਦੇ ਹਾਂ ਰੈਪਟਾਈਲਸ ਦੀ। ਤੁਸੀਂ ਇਸਦਾ ਇੱਕ ਵਾਰ, ਠੀਕ ਹੈ, ਉਤਾਰਨਾ ਉਤਾਰ ਲਓ, ਸਕਰੀਨਸ਼ੋਟ ਲੈਣਾ ਸਕਰੀਨਸ਼ੋਟ ਲੈ ਲਓ। ਅੱਗੇ ਆਪਾਂ ਗੱਲ ਕਰਦੇ ਹਾਂ ਰੈਪਟਾਈਲਸ ਦੀ। ਰੈਪਟਾਈਲਸ ਕਿਹੜੇ ਹੁੰਦੇ ਨੇ ਇੰਨੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਰੈਪਟਾਈਲਸ ਕਿਹੜੇ ਹੁੰਦੇ ਨੇ ਦੱਸੋ 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 ਛੇਤੀ ਕਰੋ। ਰੈਪਟਾਈਲਸ ਸਭ ਨੇ ਦੇਖੇ ਹੋਣੇ, ਕੋਈ ਇਹੋ ਜਿਹਾ ਤਾਂ ਹੈ ਨਹੀਂ ਗਾ ਜਿਹਦੇ ਨਾਂ ਦੇਖੇ ਹੋਣ। ਕਈ ਤਾਂ ਡਰਦੇ ਵੀ ਨੇ, ਹਨਾ, ਲਾ ਲਓ ਅੰਦਾਜ਼ਾ ਜਿਹਾ ਕੀ ਹੈ। ਹਾਂਜੀ ਰੈਪਟਾਈਲਸ ਅਗਲੇ ਆ ਜਾਂਦੇ ਨੇ ਆਪਣੇ ਕੋਲ। ਰੈਪਟਾਈਲਸ
ਕਿਹੜੇ ਹੁੰਦੇ ਨੇਗੇ? ਜੋ ਜੀਵ ਕੀ ਨੇ ਰਿੰਗਣ ਵਾਲੇ ਹੁੰਦੇ ਨੇਗੇ ਉਹਨਾਂ ਨੂੰ ਕੀ ਕਹਿ ਦਿੰਦੇ ਨੇਗੇ? ਰੈਪੀਟਾਈਲਸ ਕਹਿ ਦਿੰਦੇ ਨੇਗੇ। ਹੁਣ ਦੱਸੋ ਕਿ ਜੋ ਰਿੰਗ ਕੇ ਜੀਵ ਚੱਲਦੇ ਨੇ ਉਹ ਕਿਹੜੇ ਨੇਗੇ? ਸਿੰਪਲ ਜਿਹਾ ਕੁਐਸਚਨ ਹੈਗਾ, ਹੈ ਨਾ, ਤੁਸੀਂ ਡਰਦੇ ਵੀ ਹੋਵੋਗੇ ਕਈ ਤਾਂ ਉਹਦੇ ਤੋਂ। ਫੋਰ ਐਗਜ਼ਾਮਪਲ ਕੀ ਆ ਜਾਂਦੀ ਆਪਣੇ ਕੋਲ? ਸਨੇਕ, ਠੀਕ ਹੈ। ਔਰ ਸੈਕਿੰਡ ਕੀ ਆ ਜਾਂਦਾ ਆਪਣੇ ਕੋਲ? ਲਿਜ਼ਾਰਡ। ਲਿਜ਼ਾਰਡ ਕੀ ਹੁੰਦੀ ਹੈ ਜੀ? ਛਿਪਕਲੀ। ਇਹ ਕੀ ਨੇ? ਰਿੰਗ ਕੇ ਚੱਲਣ ਵਾਲੇ ਆਪਣੇ ਕੋਲ ਜੀਵ ਨੇਗੇ। ਔਰ ਇੱਕ ਆਪਣੇ ਕੋਲ ਕਛੂਆ ਵੀ ਆ ਜਾਂਦਾ ਇਹਦੇ ਵਿੱਚ, ਠੀਕ ਹੈ। ਟੋਰਟਾਇਲਸ, ਠੀਕ ਹੈ, ਉਹ ਵੀ ਇਹਦੇ ਵਿੱਚ ਆ ਜਾਂਦਾ ਗਾ। ਸੋ ਕਛੂਆ ਆ ਜਾਂਦਾ ਗਾ, ਸੱਪ ਆ ਜਾਂਦਾ ਗਾ, ਔਰ ਛਿਪਕਲੀ ਆ ਜਾਂਦੀ ਇਹਦੇ ਵਿੱਚ। ਸੋ ਜੋ ਰੈਪੀਟਾਇਲਸ ਹੁੰਦੇ ਨੇਗੇ, ਜੋ ਇਹਨਾਂ ਦਾ ਦਿਲ ਹੁੰਦਾ ਗਾ, ਉਹਦੇ ਵਿੱਚ ਕਿੰਨੇ ਚੈਂਬਰਸ ਹੁੰਦੇ ਨੇ ਦੱਸੋ? ਕਿੰਨੇ ਚੈਂਬਰਸ ਹੁੰਦੇ ਨੇ? ਇਹ ਹੁੰਦੇ ਨੇ ਜੀ ਆਪਣੇ ਕੋਲ ਜੋ ਰੈਪੀਟਾਇਲ ਹੁੰਦਾ ਗਾ, ਇਹਦੇ ਦਿਲ ਦੇ ਵੀ ਕਿੰਨੇ ਹੁੰਦੇ ਨੇਗੇ? 3 ਚੈਂਬਰ ਹੁੰਦੇ ਨੇ। 3 ਦੇ ਵਿੱਚੋਂ 2 ਔਰੀਕਲ ਔਰ 1 ਵੈਂਟਰੀਕਲ। ਪਰ ਇਹਦੇ ਵਿੱਚ ਇੱਕ ਅਪਵਾਦ ਹੈਗਾ। ਸੋ ਅਪਵਾਦ ਆਪਾਂ ਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ, ਹੈ ਨਾ। ਜੋ ਅਪਵਾਦ ਆਉਂਦੇ ਨੇ ਤੁਹਾਨੂੰ ਪਤਾ ਗਾ, ਉਹ ਪੇਪਰ ਦੇ ਵਿੱਚ ਆਪਾਂ ਨੂੰ ਮੋਸਟਲੀ ਪੁੱਛ ਲਏ ਜਾਂਦੇ ਨੇਗੇ। ਸੋ ਅਪਵਾਦ ਕੀ ਹੈ ਜੀ? ਐਕਸੈਪਸ਼ਨ ਕੀ ਹੈ? ਐਕਸੈਪਸ਼ਨ ਹੈਗੀ ਆ ਆਪਣੇ ਕੋਲ ਕਰੋਕੋਡਾਈਲ। ਕਰੋਕੋਡਾਈਲ ਹੋ ਗਿਆ ਇੱਕ, ਕੀ ਹੈਗਾ ਨੈਕਸਟ ਆਪਣੇ ਕੋਲ? ਐਲੀਗੇਟਰ। ਐਲੀਗੇਟਰ ਕੀ ਹੁੰਦਾ ਗਾ? ਐਲੀਗੇਟਰ ਨੂੰ ਐਂ ਮੰਨ ਲਓ ਮਗਰਮੱਛ ਦਾ ਭਾਈ ਹੁੰਦਾ ਗਾ। ਸੋ ਇਹਨਾਂ ਦਾ ਜੋ ਦਿਲ ਹੁੰਦਾ ਗਾ, ਉਸਦੇ ਵਿੱਚ ਕਿੰਨੇ ਚੈਂਬਰ ਹੁੰਦੇ ਨੇ? ਇਹਨਾਂ ਦਾ ਜੋ ਦਿਲ ਹੁੰਦਾ ਗਾ, ਉਸਦੇ ਵਿੱਚ ਕਿੰਨੇ ਚੈਂਬਰ ਹੁੰਦੇ ਨੇ? 4। ਯਾਦ ਰੱਖਿਓ, ਇਹਨੂੰ ਐਂ ਕਰਿਓ, ਕਰੋਕੋਡਾਈਲ ਔਰ ਐਲੀਗੇਟਰ ਨੂੰ ਮਨੁੱਖ ਨਾਲ ਰਿਲੇਟ ਕਰ ਲਿਓ। ਜਿੰਨੇ ਮਨੁੱਖ ਦੇ ਦਿਲ ਦੇ ਚੈਂਬਰਸ ਹੁੰਦੇ ਨੇ, ਓਨੇ ਹੀ ਕਰੋਕੋਡਾਈਲ ਔਰ ਐਲੀਗੇਟਰ ਦੇ ਜੋ ਦਿਲ ਹੁੰਦਾ ਗਾ, ਉਸਦੇ ਚੈਂਬਰ ਹੁੰਦੇ ਨੇਗੇ, ਠੀਕ ਹੈ। ਸੋ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਮੈਮਲਸ ਦੀ। ਜੋ ਮੈਮਲਸ ਹੁੰਦੇ ਨੇ, ਹੈ ਨਾ, ਉਸਦਾ ਜੋ ਦਿਲ ਹੁੰਦਾ ਗਾ, ਉਸਦੇ ਕਿੰਨੇ ਚੈਂਬਰ ਹੁੰਦੇ ਨੇ? ਬਸ ਇੱਕ ਮੈਮਲ ਰਹਿ ਗਿਆ ਆਪਣੇ ਕੋਲ, ਇੱਕ ਕੀ ਰਹਿ ਗਿਆ ਜੋ ਲਾਸਟ ਆਪਣਾ? ਸਾਰੇ ਡਰਦੇ ਉਹਦੇ ਤੋਂ, ਹੈ ਨਾ, ਦੱਸੋ ਕੀ ਆ? ਕੁੜੀਆਂ ਤਾਂ ਖਾਸ ਕਰਕੇ। ਸੋ ਨੈਕਸਟ ਹੁੰਦੇ ਨੇ ਆਪਣੇ ਕੋਲ ਮੈਮਲਸ, ਹਾਂਜੀ। ਮੈਮਲਸ ਕਿਹੜੇ ਹੁੰਦੇ ਨੇ? ਇਹ ਪੜ੍ਹਿਆ ਹੋਊ ਤੁਸੀਂ, ਜੋ ਦੁਧਾਰੂ ਹੁੰਦੇ ਨੇ, ਹੈ ਨਾ, ਜਾਂ ਕਹਿ ਲਓ ਸੰਤਾਨਧਾਰੀ। ਉਹਨਾਂ ਨੂੰ ਕੀ ਆਖਿਆ ਜਾਂਦਾ ਗਾ? ਮੈਮਲਸ ਆਖਿਆ ਜਾਂਦਾ ਗਾ, ਹਾਂਜੀ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਆ ਜਾਣਗੇ? ਕਿਹੜੇ ਕਿਹੜੇ ਜੀਵ ਨੇ ਜੋ ਦੁੱਧ ਦਿੰਦੇ ਨੇ ਦੱਸੋ? ਸਭ ਤੋਂ ਪਹਿਲਾਂ ਹੀ ਐਗਜ਼ਾਮਪਲ ਦੇਵੋਗੇ ਤੁਸੀਂ, ਹੈ ਨਾ, ਮੱਝ ਗਾਂ ਦੀ। ਉਹ ਤਾਂ ਸਭ ਨੂੰ ਹੀ ਪਤਾ ਹੁੰਦਾ ਗਾ, ਠੀਕ ਹੈ। ਆਪਣੇ ਕੋਲ ਕਾਓ ਆ ਜਾਂਦੀ ਆ, ਠੀਕ ਹੈ, ਮੱਝ ਆ ਜਾਂਦੀ ਹੈ, ਗਾਂ ਆ ਜਾਂਦੀ ਹੈ, ਬੱਕਰੀ ਆ ਜਾਂਦੀ ਹੈਗੀ, ਉਹ ਸਾਰੇ ਇਹਦੇ ਵਿੱਚ ਆ ਜਾਂਦੇ ਨੇਗੇ। ਔਰ ਜੋ ਨਹੀਂ ਪਤਾ ਹੁੰਦਾ ਉਹ ਕੀ ਨਹੀਂ ਹੁੰਦਾ? ਉਹ ਹੁੰਦਾ ਵੇਲ, ਜੋ ਵੇਲ ਮੱਛੀ ਹੈ, ਇਹ ਵੀ ਕੀ ਹੈ? ਮੈਮਲਸ ਦੇ ਵਿੱਚ ਆਉਂਦੀ ਹੈ। ਔਰ ਜੋ ਸੈਕਿੰਡ ਆਪਣੇ ਕੋਲ ਡੋਲਫਿਨ, ਇਹ ਵੀ ਕੀ ਹੈ? ਮੱਛੀ ਦੀ ਇੱਕ ਕੀ ਹੈ ਕਿਸਮ, ਹੈ ਨਾ, ਇਹਦਾ ਨਾਮ ਤਾਂ ਤੁਸੀਂ ਜਾਣਦੇ ਹੋਵੋਗੇ। ਡੋਲਫਿਨ ਹੋ ਗਿਆ, ਵੇਲ ਹੋ ਗਿਆ, ਔਰ ਹਿਊਮਨ ਇਹਦੇ ਵਿੱਚ ਆ ਜਾਂਦਾ, ਠੀਕ ਹੈ। ਹਿਊਮਨ ਵੀ ਕੀ ਹੈ? ਸੰਤਾਨਧਾਰੀ ਹੈ, ਠੀਕ ਹੈ। ਸੋ ਸੈਕਿੰਡ ਕੀ ਆ ਜਾਂਦਾ? ਸੈਕਿੰਡ ਆਪਣੇ ਕੋਲ ਬੈਟ ਆ ਜਾਂਦਾ। ਬੈਟ ਕੀ ਹੁੰਦਾ? ਚਮਗਿੱਦੜ, ਹੈ ਨਾ, ਉਹ ਆ ਜਾਂਦਾ ਇਹਦੇ ਵਿੱਚ। ਸੋ ਇਸ ਤਰ੍ਹਾਂ ਆਪਣੇ ਕੋਲ ਇਹਦੀਆਂ ਕਈ ਐਗਜ਼ਾਮਪਲਸ ਨੇ। ਹੁਣ ਜੋ ਮੈਮਲਸ ਹੁੰਦੇ ਨੇਗੇ, ਇਹਨਾਂ ਦਾ ਜੋ ਹਾਰਟ ਹੁੰਦਾ ਗਾ, ਉਹਦੇ ਕਿੰਨੇ ਚੈਂਬਰਸ ਹੁੰਦੇ ਨੇ? ਬਿਲਕੁਲ ਆਸਾਨੀ ਨਾਲ ਦੱਸ ਦੋਗੇ ਤੁਸੀਂ, ਕਿਉਂਕਿ ਆਪਾਂ ਹਿਊਮਨ ਬਾਰੇ ਪੜ੍ਹ ਚੁੱਕੇ ਹਾਂ। ਸੋ ਜਿੰਨੇ ਮੈਮਲ, ਹਿਊਮਨ ਕਾਹਦੇ ਵਿੱਚ ਆਉਂਦਾ ਗਾ? ਮੈਮਲਸ ਦੇ ਵਿੱਚ ਆਉਂਦਾ ਗਾ। ਸੋ ਇਸੇ ਕਰਕੇ ਇਹਨਾਂ ਦਾ ਜੋ ਹਾਰਟ ਹੁੰਦਾ ਗਾ, ਉਹਦੇ ਚੈਂਬਰਸ ਕਿੰਨੇ ਹੁੰਦੇ ਨੇਗੇ? ਉਹਦੇ ਚੈਂਬਰਸ ਹੁੰਦੇ ਨੇ ਜੀ 4, ਠੀਕ ਹੈ। ਪੇਪਰ ਦੇ ਵਿੱਚ ਕੁਐਸਚਨ ਆਇਆ ਕਿ ਜੋ ਹਿਊਮਨ ਹੈਗਾ ਉਹ ਕੀ ਹੈਗਾ, ਐਗਜ਼ਾਮਪਲ ਕਿਸ ਦੀ ਐਗਜ਼ਾਮਪਲ ਹੈਗਾ, ਠੀਕ ਹੈ।
ਆਪਾਂ ਨੂੰ ਦਿੱਤਾ ਸੀਗਾ ਮੈਮਲਸ ਰੈਪੇਟਾਈਲਸ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਕਈ ਉਹਨੇ ਦੇਤੇ ਹੈ ਨਾ ਐਵਸ ਪੁੱਛਿਆ ਵੀ ਜੋ ਹਿਊਮਨ ਹੈਗਾ ਉਹ ਕਿਸਦੀ ਕੀ ਹੈ ਐਗਜ਼ਾਮਪਲ ਹੈ ਉਹ ਮੈਮਲਸ ਐਗਜ਼ਾਮਪਲ ਹੈ ਯਾਦ ਰੱਖਿਓ ਸੋ ਉਸੇ ਤਰ੍ਹਾਂ ਹੀ ਆਪਾਂ ਪੰਛੀ ਦੇਖਦੇ ਹਾਂ ਹੈ ਨਾ ਪੰਛੀਆਂ ਦਾ ਜੋ ਦਿਲ ਹੁੰਦਾ ਹੈਗਾ ਐਵਸ ਜੋ ਆਪਣੇ ਐਵਸ ਹੁੰਦੇ ਨੇਗੇ ਪੰਛੀ ਹੁੰਦੇ ਨੇਗੇ ਇਹਨਾਂ ਦੇ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇ ਇਹਨਾਂ ਦੇ ਜੋ ਦਿਲ ਹੁੰਦਾ ਉਹਦੇ ਵੀ ਚਾਰ ਚੈਂਬਰ ਹੁੰਦੇ ਨੇ ਇਹ ਯਾਦ ਰੱਖਿਓ ਮਨੁੱਖ ਪੰਛੀ ਕ੍ਰੋਕੋਡਾਈਲ ਐਲੀਗੇਟਰ ਇਹਨਾਂ ਨੂੰ ਚਾਰਾਂ ਨੂੰ ਇਕੱਠੇ ਕਰ ਲਓ ਤਿੰਨਾਂ ਚਾਰਾਂ ਨੂੰ ਤੁਹਾਨੂੰ ਯਾਦ ਰਹਿ ਜਾਏਗਾ ਵੀ ਇਹਨਾਂ ਦੇ ਦਿਲ ਦੇ ਚਾਰ ਚੈਂਬਰ ਹੁੰਦੇ ਨੇ ਜੇਕਰ ਆਮ ਮੱਛੀ ਪੁੱਛਿਆ ਜਾਂਦਾ ਤੁਹਾਡੇ ਕੋਲੋਂ ਤਾਂ ਉਹਦੇ ਦਿਲ ਦੇ ਦੋ ਚੈਂਬਰ ਨੇ ਜੇਕਰ ਮੱਛੀ ਦੀ ਕਿਸਮ ਆਪਾਂ ਨੂੰ ਡੋਲਫਿਨ ਜਾਂ ਬੇਲ ਦੇ ਦਿੱਤੀ ਜਾਵੇ ਤਾਂ ਉਹਨਾਂ ਦੇ ਦਿਲ ਦੇ ਚਾਰ ਚੈਂਬਰ ਹੁੰਦੇ ਨੇਗੇ ਸੋ ਉਸੇ ਤਰ੍ਹਾਂ ਹੀ ਇੱਕ ਇਹਨਾਂ ਦੇ ਵਿੱਚੋਂ ਸਾਰਿਆਂ ਦਾ ਕੀ ਹੈਗਾ ਬਾਪ ਹੈਗਾ ਸਾਰਿਆਂ ਦਾ ਬਾਪ ਉਹਦੇ ਦਿਲ ਦੇ ਕਿੰਨੇ ਮੈਮਲ ਆਪਣੇ ਕੋਲ ਦਿਲ ਦੇ ਕਿੰਨੇ ਚੈਂਬਰ ਹੁੰਦੇ ਨੇ ਉਹ ਤੁਸੀਂ ਦੱਸਣੇ ਨੇਗੇ ਠੀਕ ਹੈ ਮੈਂ ਤੁਹਾਨੂੰ ਠੀਕ ਹੈ ਇਹ ਕੁਐਸਚਨ ਦੇ ਕੇ ਜਾਂਦਾ ਇੱਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਨਹੀਂ ਮੈਂ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਦੱਸ ਦੂੰਗਾ ਤੁਹਾਡੇ ਲਈ ਕੁਐਸਚਨ ਹੈਗਾ ਇੱਕ ਬਹੁਤ ਹੀ ਸੌਖਾ ਕੁਐਸਚਨ ਹੈਗਾ ਬਹੁਤ ਹੀ ਸੌਖਾ ਹੈਗਾ ਪੇਪਰ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਉਹ ਹਾਂਜੀ ਜੋ ਤੁਹਾਡੇ ਲਈ ਕੁਐਸਚਨ ਹੈਗਾ ਗਾ ਉਹ ਹੈਗਾ ਜੀ ਜੋ ਕੋਕਰੋਚ ਹੈ ਠੀਕ ਹੈ ਜੋ ਕੀ ਹੈਗਾ ਕੋਕਰੋਚ ਹੈ ਉਹਦਾ ਜੋ ਹਾਰਟ ਆ ਹਾਰਟ ਦੇ ਕਿੰਨੇ ਨੇ ਕਿੰਨੇ ਚੈਂਬਰਸ ਨੇ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣੇ ਨੇ ਇਹ ਕੁਐਸਚਨ ਪੇਪਰ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਕਿ ਜੋ ਕੋਕਰੋਚ ਹੁੰਦਾ ਗਾ ਉਸਦਾ ਜੋ ਦਿਲ ਹੈਗਾ ਉਸਦੇ ਕਿੰਨੇ ਚੈਂਬਰਸ ਹੁੰਦੇ ਨੇਗੇ ਠੀਕ ਹੈ ਸੋ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਔਰ ਕਮੈਂਟ ਬਾਕਸ ਦੇ ਵਿੱਚ ਇੱਕ ਗੱਲ ਹੋਰ ਦੱਸਣੀ ਹੈ ਕਿ ਜੋ ਤੁਹਾਨੂੰ ਅੱਜ ਦੀ ਕਲਾਸ ਹੈਗੀ ਉਹ ਕਿਸ ਤਰ੍ਹਾਂ ਲੱਗੀ ਜੇਕਰ ਤੁਹਾਨੂੰ ਕਲਾਸ ਹੈਲਪਫੁੱਲ ਲੱਗਦੀ ਹੈ ਤਾਂ ਕਿ ਆਪਾਂ ਬਾਇਓਲੋਜੀ ਸਟਾਰਟਿੰਗ ਤੋਂ ਠੀਕ ਹੈ ਪੜ੍ਹਨੀ ਸਟਾਰਟ ਕਰਾਂਗੇ ਜੇਕਰ ਤੁਹਾਨੂੰ ਹੈਲਪਫੁੱਲ ਨਹੀਂ ਵੀ ਲੱਗਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸੋ ਅੱਜ ਦੇ ਲਈ ਇੰਨਾ ਹੀ ਧੰਨਵਾਦ ਪੰਜਾਬ ਐਜੂਕੇਸ਼ਨ IQ ਨਾਲ ਜੁੜੇ ਰਹਿਣ ਲਈ